ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਦਬੜੀ ਖਾਂਦਾ ਅਤੇ ਆਸ ਕਰਦਾ ਕਿ ਸਾਰੇ ਕਿਸਾਨ ਭਰਾ ਝੋਨੇ ਦੀਆਂ ਵਾਢੀਆਂ ਵਾਲਾ ਕੰਮ ਮੁਕੰਮਲ ਕਰਕੇ ਕਣਕ ਦੀ ਬਿਜਾਈ ਲਈ ਤਿਆਰੀਆਂ ਵਾਲੇ ਪਾਸੇ ਜੁੱਟ ਗਏ ਹੋਣਗੇ। ਇਸ ਵੀਡੀਓ ਦੇ ਮਾਧਿਅਮ ਨਾਲ ਮੈਂ ਆਪ ਜੀ ਤੋਂ ਕੁਝ ਜਾਣਕਾਰੀ ਹਾਸਲ ਕਰਨ ਵਾਸਤੇ ਹਾਜ਼ਰ ਹੋਇਆ। ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਲਿੱਕ ਕਰਨਾ ਨਾ ਭੁੱਲਿਓ। ਦੋਸਤੋ, ਆਪਾਂ ਇੱਕ ਖਾਸ ਮਕਸਦ ਨਾਲ ਇਹ ਚੈਨਲ ਬਣਾਇਆ ਸੀ ਕਿ ਇਸ ਚੈਨਲ ਦੇ ਮਾਧਿਅਮ ਨਾਲ ਆਪਾਂ ਅਜਿਹੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰੀਏ ਜਿਹਦੇ ਸਦਕਾ ਕਿਸਾਨਾਂ ਦਾ ਖੇਤੀ ਖਰਚ ਘਟੇ ਅਤੇ ਖੇਤੀ ਦੇ ਵਿੱਚ ਜਿਹੜੀ ਬੇਲੋੜੀ ਅਤੇ ਫਾਲਤੂ ਦੇ ਵਿੱਚ ਜ਼ਹਿਰਾਂ ਦੀ ਵਰਤੋਂ ਹੋ ਰਹੀ ਹੈ ਉਹਦੇ ਤੋਂ ਜਿਹੜਾ ਹੈਗਾ ਕਿਸਾਨਾਂ ਦਾ ਖੇਤੀ ਦਾ ਅਤੇ ਵਾਤਾਵਰਨ ਦਾ ਖਹਿੜਾ ਛੁੱਟੇ। ਅਤੇ ਇਹ ਚੈਨਲ ਬਹੁਤ ਹੱਦ ਤੱਕ ਇਸ ਮਕਸਦ ਨੂੰ ਪੂਰਾ ਕਰਦਾ ਆ ਰਿਹਾ ਸਫਲਤਾ ਦੇ ਨਾਲ। ਪਿਛਲੇ ਸਾਲ ਕੁਝ ਸੈਂਕੜੇ ਕੁਝ ਕੁ ਕਿਸਾਨਾਂ ਨੇ ਇਸ ਗੱਲ 'ਤੇ ਅਮਲ ਕੀਤਾ ਸੀ ਅਤੇ ਉਹਨਾਂ ਦਾ ਫਾਇਦਾ ਹੋਇਆ ਸੀ। ਅਤੇ ਇਸ ਵਾਰ ਆਪਣੇ ਚੈਨਲ ਦੇ ਉੱਤੋਂ ਸਾਂਝੀ ਕੀਤੀ ਗਈ ਜਾਣਕਾਰੀ 'ਤੇ ਸੈਂਕੜੇ ਕਿਸਾਨਾਂ ਨੇ ਅਮਲ ਕੀਤਾ ਅਤੇ ਐਤਕੀ ਜਿਹੜਾ ਫਾਇਦਾ ਹੈਗਾ ਉਹ ਸੈਂਕੜੇ ਕਿਸਾਨਾਂ ਦਾ ਅਤੇ ਬੱਚਤ ਜਿਹੜੀ ਹੈਗੀ ਆ ਕਰੋੜਾਂ ਰੁਪਈਆਂ ਦੀ ਆ, ਇਹ ਮੇਰਾ ਮੰਨਣਾ। ਹੁਣ ਮੈਂ ਤੁਹਾਡੇ ਸਾਰਿਆਂ ਨਾਲ ਇਹ ਤੁਹਾਡੇ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਇਸ ਚੈਨਲ ਤੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਆਪਣੀ ਝੋਨੇ ਦੀ ਖੇਤੀ ਨੂੰ ਪੈਸਟੀਸਾਈਡ ਫਰੀ ਕੀਤਾ, ਕਿਸੇ ਨੇ 100% ਪੈਸਟੀਸਾਈਡ ਫਰੀ ਕੀਤਾ, ਕਿਸੇ ਨੇ 80% ਕੀਤਾ, ਕਿਸੇ ਨੇ 60-70% ਕੀਤਾ, ਅਤੇ ਉਹਦੇ ਸਦਕਾ ਉਹਨਾਂ ਦੀ ਜਿੰਨੀ ਪੈਸੇ ਦੀ ਬੱਚਤ ਹੋਈ ਉਹ ਇੱਕ ਗੱਲ ਹੈ। ਅਤੇ ਉਹਦੇ ਕਰਕੇ ਜਿਹੜਾ ਧਰਤੀ, ਹਵਾ, ਪਾਣੀ ਅਤੇ ਮਿੱਟੀ 'ਚ ਜ਼ਹਿਰ ਨਹੀਂ ਘੁਲਿਆ ਉਹ ਦੂਜੀ ਵੱਡੀ ਗੱਲ ਹੈ ਜਿਹੜੀ ਕਿ ਅਸੀਂ ਆਪਣੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਕਰਨ ਵਿੱਚ ਸਫਲ ਰਹੇ ਹਾਂ। ਸੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਇਸ ਚੈਨਲ ਨਾਲ ਜੁੜਨ ਤੋਂ ਬਾਅਦ ਇਸ ਚੈਨਲ ਤੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਆਪਣੀ ਖੇਤੀ ਦੇ ਵਿੱਚ ਪੈਸਟੀਸਾਈਡ ਫਰੀ ਝੋਨੇ ਦੀ ਕਾਸ਼ਤ ਕੀਤੀ, ਉਹਨਾਂ ਨੇ ਪ੍ਰਤੀ ਏਕੜ ਕਿੰਨੇ ਪੈਸਿਆਂ ਦੀ ਬੱਚਤ ਕੀਤੀ ਅਤੇ ਕੁੱਲ ਜ਼ਮੀਨ ਪਿੱਛੇ ਉਹਨਾਂ ਦੇ ਕੁੱਲ ਕਿੰਨੇ ਪੈਸੇ ਬਚੇ ਉਹ ਕਿਰਪਾ ਕਰਕੇ ਤੁਸੀਂ ਜਿਹੜਾ ਹੈਗਾ ਇਸ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਦੱਸਦੇ ਜਾਇਓ ਤਾਂ ਕਿ ਆਪਣੇ ਕੋਲ ਇੱਕ ਅੰਕੜਾ ਆ ਜਾਵੇ ਜਿਹਦੇ ਆਧਾਰ 'ਤੇ ਅਸੀਂ ਇਹ ਬੋਲ ਸਕੀਏ ਕਿ ਇਸ ਹੱਦ ਤੱਕ ਜਿਹੜੀ ਹੈਗੀ ਆ ਬੱਚਤ ਹੋਈ ਹੈ ਅਤੇ ਇੰਨੇ ਲੱਖਾਂ ਲੀਟਰ ਜਾਂ ਹਜ਼ਾਰਾਂ ਲੀਟਰ ਪੈਸਟੀਸਾਈਡ ਸਾਡੀ ਹਵਾ, ਪਾਣੀ ਅਤੇ ਮਿੱਟੀ 'ਚ ਘੁਲਣ ਤੋਂ ਬਚਿਆ। ਅਤੇ ਸਾਡਾ ਜਿਹੜਾ ਇਹ ਚੈਨਲ ਹੈ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ, ਉਹ ਆਪਣੇ ਇਸ ਮਕਸਦ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਇਆ ਕਿ ਪੈਸਟੀਸਾਈਡ ਫਰੀ ਤਰੀਕੇ ਨਾਲ ਵੀ ਝੋਨੇ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਸੋ ਦੋਸਤੋ, ਜਿਹਨੇ ਜਿਹਨੇ ਵੀ ਪੈਸਟੀਸਾਈਡ ਫਰੀ ਤਰੀਕੇ ਨਾਲ ਝੋਨੇ ਦੀ ਕਾਸ਼ਤ ਕੀਤੀ ਹੈ ਉਹਨੇ ਪ੍ਰਤੀ ਏਕੜ ਜਿੰਨੇ ਪੈਸੇ ਬਚਾਏ ਉਹ ਵੀ ਅਤੇ ਕੁੱਲ ਜ਼ਮੀਨ ਪਿੱਛੇ ਜਿੰਨੇ ਪੈਸੇ ਬਚਾਏ ਉਹ ਵੀ ਕਮੈਂਟ ਬਾਕਸ ਦੇ ਕਮੈਂਟਾਂ ਦੇ ਰੂਪ ਵਿੱਚ ਸਾਨੂੰ ਲਿਖ ਕੇ ਦੱਸੋ। ਅਤੇ ਨਾਲ ਹੀ ਇਹ ਵੀ ਦੱਸੋ ਕਿ ਤੁਹਾਡਾ ਪੈਸਟੀਸਾਈਡ ਫਰੀ ਝੋਨੇ ਵਾਲਿਆਂ ਦਾ ਝਾੜ ਉਹਨਾਂ ਕਿਸਾਨਾਂ ਦੇ ਮੁਕਾਬਲੇ ਕਿੰਨਾ ਰਿਹਾ ਜਿਨ੍ਹਾਂ ਨੇ ਆਪਣੀ ਖੇਤੀ ਦੇ ਵਿੱਚ ਬਹੁਤ ਮੋਟੇ ਪੈਸੇ ਖਰਚ ਕੇ ਫੁੱਲ ਪੈਸਟੀਸਾਈਡ ਇਸਤੇਮਾਲ ਕੀਤਾ। ਤਾਂ ਇਹ ਵੀ ਸਾਡੇ ਕੋਲ ਜਾਣਕਾਰੀ ਆਉਣੀ ਚਾਹੀਦੀ ਹੈ। ਬਾਕੀ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਸਾਲ ਜਿਹੜਾ ਹੈਗਾ ਕਿਸਾਨਾਂ ਨੂੰ ਪਿਛਲੇ ਵਰ੍ਹੇ ਵਾਂਗ ਹੀ ਕੁਦਰਤ ਅਤੇ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਝਾੜ ਜਿਹੜੇ ਹੈਗੇ ਆ ਫਿਰ 12-15 ਮਣ ਤੱਕ ਥੱਲੇ ਆਏ ਆ ਅਤੇ ਕਈ ਥਾਵਾਂ 'ਤੇ ਅੱਧੋ ਅੱਧ ਦਾ ਵੀ ਫਰਕ ਪਿਆ। ਫਿਰ ਵੀ ਜਿਹੜੇ ਕਿਸਾਨਾਂ ਨੇ ਪੈਸਟੀਸਾਈਡ ਫਰੀ ਖੇਤੀ ਕੀਤੀ ਹੈਗੀ ਆ ਝੋਨੇ ਦੀ ਉਹਨਾਂ ਦਾ ਝਾੜ ਕਿੰਨਾ ਰਿਹਾ ਅਤੇ ਫੁੱਲ ਪੈਸਟੀਸਾਈਡ ਫਰੀ ਵਾਲਿਆਂ ਦਾ ਕਿੰਨਾ ਰਿਹਾ ਉਹਦੇ ਮੁਕਾਬਲੇ 'ਚ ਤੁਸੀਂ ਆਪਣਾ ਦੱਸਣਾ ਅਤੇ ਤੁਹਾਡੀ ਕੁੱਲ ਬੱਚਤ ਕਿੰਨੀ ਹੋਈ ਹੈ ਪ੍ਰਤੀ ਏਕੜ ਵੀ ਅਤੇ ਕੁੱਲ ਜ਼ਮੀਨ ਪਿੱਛੇ ਵੀ ਉਹ ਵੀ ਇਸ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਲਿਖ ਕੇ ਜਾਣਕਾਰੀ ਸਾਂਝੀ ਕਰੋ। ਅੱਜ ਲਈ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਅਤੇ ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ।